ਸਾਡੇ ਦੇਸ਼ ਦੀ ਇੱਕ ਅਜੀਬ ਵਿਡੰਬਨਾ ਹੈ, ਸਾਲਾਂ ਤੋਂ ਰੁਕਿਆ ਹੋਇਆ ਕੰਮ ਕਦੀ ਪੂਰਾ ਨਹੀਂ ਹੁੰਦਾ, ਲੇਕਿਨ ਜਦੋਂ ਕਿਸੇ ਵੱਡੇ ਨੇਤਾ ਦਾ ਆਗਮਨ ਹੁੰਦਾ ਤਾਂ ਉਸਦੇ ਆਗਮਨ ਦੀ ਤਿਆਰੀਆਂ ਨੂੰ ਲੈ ਕੇ ਸਾਰੇ ਕੰਮ ਮੁਕੰਮਲ ਹੋ ਜਾਂਦੇ ਹੈ। ਅਸੀਂ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਅੱਜ ਜਿਹੜੇ ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈ ਜੇਪੀ ਨੱਡਾ, ਜੋ ਚੰਡੀਗੜ੍ਹ ਫੇਰੀ 'ਤੇ ਆ ਰਹੇ ਨੇ, ਅਤੇ ਉਹਨਾਂ ਦੀ ਫੇਰੀ ਤੋਂ ਪਹਿਲਾਂ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜਾ ਕੰਮ ਹੈ ਉਹ ਕਾਫੀ ਯੁੱਧ ਸਤਰ 'ਤੇ ਚੱਲ ਰਿਹਾ। ਇਹ ਕੰਮ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਲਟਕਿਆ ਪਿਆ ਸੀਗਾ, ਆਮ ਲੋਕ ਕਈ ਵਾਰ ਇਸ ਦੀ ਸ਼ਿਕਾਇਤ ਹੈ ਉਹ ਦਫ਼ਤਰਾਂ ਦੇ ਵਿੱਚ, ਸਰਕਾਰੀ ਦਫ਼ਤਰਾਂ ਦੇ ਬਾਬੂਆਂ ਦੇ ਕੰਨਾਂ ਦੇ ਵਿੱਚ ਪਹੁੰਚਾਉਂਦੇ, ਲੇਕਿਨ ਕਦੀ ਕੰਮ ਪੂਰਾ ਨਹੀਂ ਹੁੰਦਾ। ਲੇਕਿਨ ਤੁਸੀਂ ਵੇਖ ਸਕਦੇ ਹੋ ਕਿ ਅੱਜ ਇੱਕ ਵੱਡੇ ਆਗੂ ਦੇ ਆਉਣ 'ਤੇ ਕਿਵੇਂ ਜਿਹੜੀ ਯੁੱਧ ਸਤਰ 'ਤੇ ਜਿਹੜਾ ਕੰਮਕਾਜ ਕੀਤਾ ਜਾ ਰਿਹਾ, ਕਿਉਂਕਿ ਉਹ ਪਾਰਟੀ ਨਹੀਂ ਚਾਹੁੰਦੀ, ਭਾਜਪਾ ਨਹੀਂ ਚਾਹੁੰਦੀ ਕਿ ਉਹਨਾਂ ਦੇ ਵੱਡੇ ਆਗੂ ਨੂੰ ਦੇਖੇ ਕਿ ਇੱਥੇ ਗੰਦਗੀ ਪਈ ਹੋਈ ਹੈ, ਇੱਥੇ ਸੜਕਾਂ ਟੁੱਟੀਆਂ ਹੋਈਆਂ ਹੈ। ਲੇਕਿਨ ਤੁਸੀਂ ਵੇਖ ਸਕਦੇ ਹੋ ਇਹ ਸਾਡੇ ਦੇਸ਼ ਦੀ ਇਹੀ ਅਸਲੀ ਸੱਚਾਈ ਹੈ ਕਿ ਜਦੋਂ ਕੋਈ ਵੱਡਾ ਕੋਈ ਨੇਤਾ ਆਉਂਦਾ ਹੈ ਤਾਂ ਉਸਦੀ ਆਗਮਨ ਦੇ ਲਈ ਇਹ ਜਿਹੜੇ ਸਾਰੇ ਰੁਕੇ ਹੋਏ ਕੰਮ ਵੀ ਪੂਰੇ ਹੋ ਜਾਂਦੇ, ਅਤੇ ਅੱਜ ਕੁਝ ਦੇਰ ਬਾਅਦ ਜੇਪੀ ਨੱਡਾ ਚੰਡੀਗੜ੍ਹ ਫੇਰੀ ਦੇ ਆ ਰਹੇ ਨੇ। ਦਰਅਸਲ ਜੇਪੀ ਨੱਡਾ ਭਾਜਪਾ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਜਿਹੜੇ ਚੰਡੀਗੜ੍ਹ ਆ ਰਹੇ, ਅਤੇ ਉਹਨਾਂ ਦੇ ਸਵਾਗਤ ਲਈ ਵੱਡੀ ਤੇੜੀ ਤਿਆਰੀ ਹੈ ਉਹ ਭਾਜਪਾ ਵੱਲੋਂ ਕੀਤੀ ਗਈ ਹੈ। ਏਅਰਪੋਰਟ ਤੋਂ ਹੁੰਦੇ ਹੋਏ ਵੱਖਰੀ ਵੱਖਰੀ ਥਾਵਾਂ 'ਤੇ ਉਹਨਾਂ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਜਾਏਗਾ, ਅਤੇ ਉਹਨਾਂ ਦੇ ਸਵਾਗਤ ਦੀ ਤਿਆਰੀ ਲਈ ਤੁਸੀਂ ਵੇਖ ਸਕਦੇ ਹੋ ਕਿ ਇੱਥੇ 47-48 ਸੈਕਟਰ ਦੀ ਲਾਈਟਾਂ ਹੈ ਜਿੱਥੇ ਇਹ ਕੰਮਕਾਜ ਕੀਤਾ ਜਾ ਰਿਹਾ, ਜਿਹੜੇ ਕਿ ਪਿਛਲੇ ਕਾਫੀ ਲੰਮੀ ਸਮੇਂ ਤੋਂ ਇਹ ਜਿਹੜੀ ਸੜਕ ਟੁੱਟੀ ਹੋਈ ਸੀ, ਇਹ ਬਰਸਾਤਾਂ ਨਿਕਲ ਗਈਆਂ, ਬਰਸਾਤਾਂ 'ਚ ਲੋਕਾਂ ਨੇ ਕਾਫੀ ਸ਼ਿਕਾਇਤਾਂ ਦਿੱਤੀ, ਲੇਕਿਨ ਕਦੀ ਇਹ ਸ਼ਿਕਾਇਤਾਂ ਨੂੰ ਦੂਰ ਨਹੀਂ ਕੀਤਾ ਗਿਆ। ਲੇਕਿਨ ਅੱਜ ਜਿਵੇਂ ਹੀ ਵੱਡੇ ਆਗੂ ਦੇ ਆਉਣ ਦਾ ਪਤਾ ਲੱਗਿਆ, ਅਤੇ ਉਸੇ ਦੌਰਾਨ ਪ੍ਰਸ਼ਾਸਨ ਵੀ ਸਖਤੇ 'ਚ ਆਇਆ, ਵੱਡੇ ਬਾਬੂ ਵੀ ਸਖਤੇ 'ਚ ਆਏ, ਅਤੇ ਇਹ ਕੰਮ ਵੀ ਜਿਹੜੇ ਲਗਾਤਾਰ ਹੁਣ ਯੁੱਧ ਸਤਰ 'ਤੇ ਕੀਤਾ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜਿਹੜਾ ਇੱਕ ਨੇਤਾ ਨੂੰ ਖੁਸ਼ ਕਰਨ ਲਈ ਇੱਥੇ ਜਿਹੜੀ ਇਹ ਤਿਆਰੀ ਪੂਰੀ ਕੀਤੀ ਜਾ ਰਹੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਏਰੀਆ ਦਾ ਵਿਕਾਸ ਤਦੀ ਹੋ ਪਾਏਗਾ ਜਦ ਕਿਸੇ ਵੱਡੇ ਆਗੂ ਦੀ ਜਿਹੜੀ ਇਹ ਫੇਰੀ ਹੋਏਗੀ, ਅਤੇ ਹਰ ਕੋਈ ਚਾਹੁੰਦਾ ਹੈ ਕਿ ਵੱਡੇ ਤੋਂ ਵੱਡਾ ਆਗੂ ਰੋਜ਼ ਕੋਈ ਨਾ ਕੋਈ ਚੰਡੀਗੜ੍ਹ ਆਵੇ, ਸ਼ਹਿਰ ਦੇ ਵਿੱਚ ਆਵੇ, ਤਾਂ ਕਿ ਜਿਹੜੇ ਸੁੱਤੇ ਹੋਏ ਪ੍ਰਸ਼ਾਸਨ ਦੀ ਨੀਂਦ ਹੈ ਉਹ ਜਾ ਕੇ, ਅਤੇ ਜਿਹੜੀ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹ ਮੰਗ ਕਰਦੇ ਆ ਰਹੇ ਨੇ ਕਿ ਦੂਰ ਕੀਤੀ ਜਾਣ, ਉਹ ਮੰਗਾਂ ਵੀ ਦੂਰ ਹੋਣ, ਉਹ ਸ਼ਿਕਾਇਤਾਂ ਵੀ ਦੂਰ ਹੋਣ, ਅਤੇ ਉਹਦੀ ਜਿੱਦੀ ਜਾਗਦੀ ਤਸਵੀਰ ਹੈ ਇਹ ਚੰਡੀਗੜ੍ਹ ਦੇ ਸੈਕਟਰ 48 ਦੀ ਉਹ ਲਾਈਟ ਪੁਆਇੰਟ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸੜਕ ਟੁੱਟੀ ਹੋਣ ਦੇ ਕਾਰਨ ਲੋਕ ਜ਼ਿਆਦਾ ਪਰੇਸ਼ਾਨ ਹੋ ਰਹੇ ਸੀਗੇ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।